ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਬੋਲਦੀ ਸਾਧੂ ਦੀ ਕਮਾਈ ਬੋਲਦੀ ਹੋ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਸਾਧੂ ਦੀ ਕਮਾਈ ਬੋਲਦੀ ਸੰਗਤ ਚ ਬੈਠੀਆਂ ਨੇ ਸੰਗਤਾਂ ਪਿਆਰੀਆਂ ਸੰਗਤ ਚ ਬੈਠੀਆਂ ਨੇ ਹੋ ਸੰਗਤ ਚ ਬੈਠੀਆਂ ਨੇ ਸੰਗਤਾਂ ਪਿਆਰੀਆਂ ਸੰਗਤ ਚ ਬੈਠੀਆਂ ਨੇ ਸੰਗਤਾਂ ਪਿਆਰੀਆਂ ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਅੱਜ ਸਾਧੂ ਦੀ ਕਮਾਈ ਬੋਲਦੀ 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 ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਸਾਧੂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਦੇਖੀਆਂ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ।
ਸਤਨਾਮ ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਗੌਰ ਸਹਾਰਾ ਨਾ ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਗੌਰ ਸਹਾਰਾ ਨਾ ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਗੌਰ ਸਹਾਰਾ ਨਾ ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਗੌਰ ਸਹਾਰਾ ਕਦੇ ਫਿਰ ਨੇੜੇ ਆਉਂਦੇ ਨਹੀਂ ਕਦੇ ਫਿਰ
ਜਦੋਂ ਸ਼ਬਦ ਨਾਲ ਜੁੜਦੀ, ਸੁਰਤ ਜਦੋਂ ਸ਼ਬਦ ਨਾਲ ਜੁੜਦੀ, ਰਹਿੰਦਾ ਕੋਈ ਝੂਠ ਪਸਾਰਾ ਨਾ, ਰਹਿੰਦਾ ਕੋਈ ਝੂਠ ਪਸਾਰਾ ਨਾ। ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਹੋਰ ਸਹਾਰ, ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਹੋਰ ਸਹਾਰਾ ਨਾ, ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਹੋਰ ਸਹਾਰਾ ਨਾ, ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਹੋਰ ਸਹਾਰਾ ਨਾ। ਮਨ ਮੰਦਰ ਵਿੱਚ ਵੇਖਾਂ ਤੇਰਾ ਹੀ ਰੂਪ ਦਿਸਦਾ, ਜਦੋਂ ਮਨ ਮੰਦਰ ਵਿੱਚ ਵੇਖਾਂ ਤੇਰਾ ਹੀ ਰੂਪ ਦਿਸਦਾ, ਅਸਰ ਤੇਰੇ ਹੀ ਬਚਨਾਂ ਦਾ ਗੋਲਦੀ ਦਰ ਦੀ ਜੋ ਲਿਖਦਾ ਹੈ, ਗੋਲਦੀ ਦਰ ਦੀ ਜੋ ਲਿਖਦਾ ਹੈ, ਲਗਨ ਤੇਰੀ ਦੀਦ ਦੀ ਲੱਗ ਗਈ, ਲਗਨ ਤੇਰੀ ਦੀਦ ਦੀ ਲੱਗ ਗਈ, ਮੇਰਾ ਕੋਈ ਹੋਰ ਪਿਆਰਾ ਨਾ, ਮੇਰਾ ਕੋਈ ਹੋਰ ਪਿਆਰਾ ਨਾ, ਗੁਰੂ ਜੀ ਤੇਰੇ ਨਾਮ ਤੋਂ ਬਿਨਾ ਮੇਰਾ ਤੇ ਕੋਈ ਹੋਰ ਹੋਵੇ, ਸੱਚ ਬੋਲਣਾ ਜਦੋਂ ਬੇਕਾਰ ਹੋਵੇ ਉਦੋਂ ਕੋਈ ਕੋਈ ਕੰਮ ਦਿਖਾਉਂਦਾ ਏ, ਬਣ ਕੇ ਰਾਖਾ ਮਜਲੂਮਾਂ ਦਾ ਗੁਰੂ ਰਵੀਦਾਸ ਕੋਈ ਆਉਂਦਾ ਏ, ਰਵਿਦਾਸ ਜੀ ਖੁਦ ਆ ਕੇ ਰਵਿਦਾਸੀ ਧਰਮ ਬਣਾ ਗਏ,
ਰਵਿਦਾਸ ਜੀ ਖੁਦ ਆ ਕੇ ਰਵਿਦਾਸੀਆ ਪਰਮ ਬਣਾ ਗਏ। ਜਨਮ ਤੁਮਾਰੇ ਦੇਖੇ ਸਤਿਗੁਰ, ਜਨਮ ਤੁਮਾਰੇ ਦੇਖੇ, ਜਨਮ ਤੁਮਾਰੇ ਦੇਖੇ ਮਾਤੋ, ਜਨਮ ਤੁਮਾਰੇ ਦੇਖੇ, ਜਨਮ ਤੁਮਾਰੇ ਦੇਖੇ ਸਤਿਗੁਰ, ਜਨਮ ਤੁਮਾਰੇ ਦੇਖੇ, ਰਵਿਦਾਸ ਆਸਲਕ ਜੀਵੋ, ਕਹਿ 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 ਰਵਿਦਾਸ ਆਸਲਕ ਜੀਵੋ, ਸਿਰਭਾ ਦਰਸ਼ਨ ਸਿਰਭਾ ਦਰਸ਼ਨ ਦੇਖੇ ਮਾਤੋ, ਜਨਮ ਤੁਮਾਰੇ ਦੇਖੇ, ਜਨਮ ਤੁਮਾਰੇ ਦੇਖੇ ਮਾਤੋ, ਜਨਮ ਤੁਮਾਰੇ ਦੇਖੇ, ਜਨਮ ਤੁਮਾਰੇ ਦੇਖੇ ਸਤਿਗੁਰ, ਜਨਮ ਤੁਮਾਰੇ ਦੇਖੇ, ਹੋ ਤੇਰੇ ਨਾਮ ਦੇ ਵਪਾਰੀ ਜਗਤੇ ਬਿਰਲੇ ਬਿਰਲੇ, ਤੇਰੇ ਨਾਮ ਦੇ ਵਪਾਰੀ ਵਪਾਰੀ ਜਗਤੇ ਬਿਰਲੇ ਬਿਰਲੇ, ਜਗਤੇ ਬਿਰਲੇ ਬਿਰਲੇ ਜੀ, ਜਗਤੇ ਬਿਰਲੇ ਬਿਰਲੇ, ਜਗਤੇ ਬਿਰਲੇ ਬਿਰਲੇ, ਜਗਤੇ ਬਿਰਲੇ ਬਿਰਲੇ ਜੀ, ਜਗਤੇ ਬਿਰਲੇ ਵਪਾਰੀ ਜਗਤੇ ਬਿਰਲੇ ਬਿਰਲੇ, ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ, ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ, ਸਾਧੂਆਂ ਦੀ
ਕਰਦੀ ਸਾਧੂਆਂ ਦੀ ਸੇਵਾ ਕਰਦੀ ਸਾਧੂਆਂ ਦੀ ਸੇਵਾ ਕਰਦੀ ਸਾਧੂਆਂ ਦੀ ਜੇ ਤੂੰ ਚਾਰੇ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰੇ ਪਦਾਰਥ ਸਰਦੀਨ ਦਿਆਲ ਨਾ ਤੁਮ ਸਰ ਹਮ ਸਰਦੀਨ ਦਿਆਲ ਨਾ ਤੁਮ ਹੋ ਹਮ ਸਰਦੀਨ ਦਿਆਲ ਨਾ ਤੁਮ ਸਰ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਅੱਜ ਦੇ ਇਸ ਮਹਾਨ ਸੰਤ ਸੰਮੇਲਨ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਨਾਲ ਹੀ ਇਸ ਦਰਬਾਰ ਦੇ ਸੇਵਾਦਾਰ ਸ਼੍ਰੀਮਾਨ ਕਰਮਚੰਦ ਜੀ ਜੋ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਹੁਕਮਾਂ ਦੇ ਅਨੁਸਾਰ ਇਸ ਦਰਬਾਰ ਵਿੱਚ ਸੇਵਾਵਾਂ ਨਿਭਾ ਰਹੇ ਨੇ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਬਹੁਤ ਵੱਡਾ ਉਪਰਾਲਾ ਸੰਗਤਾਂ ਨੂੰ ਇਸ ਦਰਬਾਰ ਦੇ ਨਾਲ ਜੋੜਨ ਦਾ ਕੀਤਾ ਹੈ, ਅਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਧੰਨਵਾਦ ਕਰਦੇ ਹਾਂ। ਸਤਿਗੁਰ ਬਾਬਾ ਪਿੱਪਲ ਦਾਸ ਮਹਾਰਾਜ ਜੀ, ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਜੋ ਗਿੱਲ ਪੱਟੀ ਬਠਿੰਡਾ ਤੋਂ ਪਰਮੇਸ਼ਰ ਪਰਮਾਤਮਾ ਦੀ ਜੋਤ ਚੱਲੀ ਜੋ ਡੇਰਾ ਸੱਚਖੰਡ ਬੱਲਾਂ ਵਿਖੇ ਜਾ ਕੇ ਉਹਨਾਂ ਨੇ ਪੂਰੇ ਜੱਗ ਨੂੰ ਮਹਿਕਾਇਆ। ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਜਿਨ੍ਹਾਂ ਦੇ ਨਾਮ 'ਤੇ ਡੇਰਾ ਸੰਤ ਸਰਵਨ ਦਾਸ ਸੱਚਖੰਡ ਬੱਲਾਂ ਦਾ ਦਰਬਾਰ ਬਣਿਆ ਹੋਇਆ ਹੈ। ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਇਸ ਪਾਵਨ ਪਿੱਤਰ ਨਗਰੀ ਤੋਂ ਚੱਲ ਕੇ ਬੱਲਾਂ ਦੀ ਧਰਤੀ 'ਤੇ ਉਹਨਾਂ ਨੇ ਭਾਗ ਲਾਏ, ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ, ਸਿਮਰਨ ਕੀਤਾ, ਕਿਉਂਕਿ ਸਾਧੂ ਮਹਾਤਮਾ ਜਿੱਥੇ ਵੀ ਬੈਠਦੇ ਨੇ ਉੱਥੇ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਨੇ, ਅਤੇ ਸੰਗਤਾਂ ਨੂੰ ਵੀ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ।
ਡੇਰਾ ਸੱਚਖੰਡ ਬੱਲਾਂ ਦੀ ਧਰਤੀ 'ਤੇ ਬੈਠ ਕੇ ਸਤਿਗੁਰ ਸਵਾਮੀ ਸਰਵਨਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਨਾਲ ਜੋੜਿਆ। ਡੇਰਾ ਸੱਚਖੰਡ ਬੱਲਾਂ ਤੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਮਿਸ਼ਨ ਦੀ ਪ੍ਰਚਾਰ ਪ੍ਰਸਾਰ ਦੀ ਹੀ ਗੱਲ ਕੀਤੀ ਜਾਂਦੀ ਹੈ। ਅਤੇ ਡੇਰਾ ਸੱਚਖੰਡ ਬੱਲਾਂ ਦੇ ਅਧੀਨ ਜਿੰਨੇ ਵੀ ਦਰਬਾਰ ਨੇ ਉਹਨਾਂ 'ਤੇ ਵੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਦੀ ਹੀ ਗੱਲ ਕੀਤੀ ਜਾਂਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ, ਜਿਸ ਨਗਰੀ ਦੇ ਵਿੱਚ ਨਾਮ ਜਪਣ ਵਾਲੇ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ ਹੈ ਉਹ ਨਗਰੀ ਵਡਿਆਈਆਂ ਯੋਗ ਹੈ, ਧੰਨ ਧੰਨ ਯੋਗ ਹੈ, ਪੂਜਣ ਯੋਗ ਹੈ। ਜਿੱਥੇ ਬੈਠ ਕਰਕੇ ਸੰਤ ਮਹਾਂਪੁਰਸ਼ ਪਰਮਾਤਮਾ ਦਾ ਨਾਮ ਜਪਦੇ ਅਤੇ ਸੰਗਤਾਂ ਨੂੰ ਜਪਾਉਂਦੇ ਹੈ, ਉਹ ਨਗਰ ਵੀ ਉਹ ਅਸਥਾਨ ਵੀ ਪੂਜਣ ਯੋਗ ਹੈ, ਵਡਿਆਈਆਂ ਯੋਗ ਹੈ। ਅੱਜ ਇਸ ਪਾਵਨ ਧਰਤੀ 'ਤੇ ਸਤਿਗੁਰਾਂ ਨੇ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ, ਅੱਜ ਇਸ ਨਾਮ ਦੀ ਮਹਿਮਾ ਪੂਰੇ ਵਿਸ਼ਵ ਦੇ ਵਿੱਚ ਹੋ ਰਹੀ ਹੈ। ਧੰਨ ਧੰਨ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ। ਇਸ ਨਗਰੀ ਤੋਂ ਚੱਲ ਕੇ ਸਤਿਗੁਰੂ ਸਰਬਨ ਦਾਸ ਜੀ ਮਹਾਰਾਜ ਜਦੋਂ ਬਾਲ ਅਵਸਥਾ ਵਿੱਚ ਸਨ ਅਤੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਹੋਏ ਜ਼ਿਲ੍ਹਾ ਜਲੰਧਰ ਨਗਰ ਬੱਲਾਂ ਵਿਖੇ ਪਹੁੰਚੇ, ਉੱਥੇ ਦੀਆਂ ਸੰਗਤਾਂ ਨੇ, ਨਗਰ ਦੀਆਂ ਸੰਗਤਾਂ ਨੇ ਸਤਿਗੁਰਾਂ ਦਾ ਸਤਿਕਾਰ ਕੀਤਾ, ਬੇਨਤੀ ਕੀਤੀ ਕਿ ਮਹਾਰਾਜ ਇੱਥੇ ਬੈਠ ਕਰਕੇ ਸੰਗਤਾਂ ਨੂੰ ਉਸ ਪਰਮਾਤਮਾ ਪਰਮੇਸ਼ਰ ਦੇ ਨਾਲ ਜੋੜੋ। ਸਾਧੂ ਭੁੱਖਾ ਪ੍ਰੇਮ ਦਾ, ਧੰਨ ਦਾ ਭੁੱਖਾ ਨਾ ਹੈ। ਸੰਗਤਾਂ ਦੇ ਪ੍ਰੇਮ ਨੂੰ ਦੇਖਦੇ ਹੋਏ ਸਤਿਗੁਰਾਂ ਨੇ ਬੈਠ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਔਰ ਸੰਗਤਾਂ ਨੂੰ ਨਾਮ ਜਪਾਇਆ। ਅੱਜ ਪੂਰੇ ਵਿਸ਼ਵ ਦੇ ਵਿੱਚ ਡੇਰਾ ਸ੍ਰੀ 108 ਸੰਗ ਸਰਬਨ ਦਾਸ ਜੀ ਸੱਚਖੰਡ ਬੱਲਾਂ ਦੀ ਮਹਿਮਾ ਵਡਿਆਈ ਸਾਰੇ ਵਿਸ਼ਵ ਦੇ ਵਿੱਚ ਹੋ ਰਹੀ ਹੈ ਉਹਨਾਂ ਮਹਾਂਪੁਰਸ਼ਾਂ ਨੇ। ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ, ਉਹਨਾਂ ਦੇ ਉਪਦੇਸ਼ਾਂ ਨੂੰ, ਉਹਨਾਂ ਦੀ ਬਾਣੀ ਨੂੰ ਜਨ ਜਨ ਤੱਕ ਪਹੁੰਚਾਉਣ ਵਾਸਤੇ ਆਪਣਾ ਸਾਰਾ ਜੀਵਨ ਲਗਾ ਦਿੱਤਾ। ਪਿੰਡ ਬੱਲਾਂ ਦਾ ਜਗਤੇ ਅੱਜ ਨਾਮ ਗੂੰਜਦਾ ਏ, ਤੇਰੀ ਧਨ ਕਮਾਈ ਹੈ ਸਾਰਾ ਜਗਤ ਪੂਜਦਾ ਏ, ਤੇਰੀ ਧਨ ਕਮਾਈ ਹੈ ਸਾਰਾ ਜਗਤ ਪੂਜਦਾ ਏ, ਧਨ ਕਮਾਈ ਹੈ ਸਾਰਾ ਜਗਤ ਪੂਜਦਾ ਏ। ਅੱਜ ਸ਼ਾਮਾ ਵੰਡਦਾ ਏ, ਅੱਜ ਸ਼ਾਮਾ ਵੰਡਦਾ ਏ, ਜੋ ਬੂਟਾ ਲਾਇਆ ਹੈ ਬਾਬਾ ਪਿੱਪਲ ਦਾਸ ਜੀ ਨੇ, ਬਾਬਾ ਪਿੱਪਲ ਦਾਸ ਜੀ ਨੇ ਐਸਾ ਕਰਮ ਕਮਾਇਆ ਹੈ। ਦੁਖੀਆਂ ਤੇ ਦਰਦੀਆਂ ਨੂੰ, ਦੁਖੀਆਂ ਤੇ ਦਰਦੀਆਂ ਨੂੰ ਤੂੰ ਸਗਲ ਨਾਲ ਲਾਇਆ ਹੈ ਬਾਬਾ ਪਿੱਪਲ ਦਾਸ ਜੀ ਨੇ ਐਸਾ ਕਰਮ ਕਮਾਇਆ ਹੈ, ਬਾਬਾ ਪਿੱਪਲ ਦਾਸ ਜੀ ਨੇ ਐਸਾ ਕਰਮ ਕਮਾਇਆ ਹੈ। ਗੁਰੂ ਸਰਵਣ ਦਾਸ ਜੀ ਦੀ ਮੈਂ
ਸਿਫਤ ਸੁਣਾ ਬਾਕੀ ਗੁਰੂ ਹਰਿਮੰਦਾਸ ਜੀ ਦੀ ਮੈਂ ਸਿਫਤ ਸੁਣਾ ਬਾਕੀ ਗੁਰੂ ਹਰਿਮੰਦਾਸ ਜੀ ਦੀ ਮੈਂ ਸਿਫਤ ਸੁਣਾ ਬਾਕੀ ਇਸ ਰਸਨਾ ਤੋਂ ਬਾਕੇ ਮੈਂ ਸ਼ਬਦ ਸੁਣਾ ਬਾਕੀ ਇਸ ਰਸਨਾ ਤੇਰੇ ਦਾਸ ਦਵਿੰਦਰ ਨੂੰ ਦਾਸ ਦਵਿੰਦਰ ਨੂੰ ਬਸ ਤੂੰ ਸਭ ਜਾਇਆ ਹੈ ਬਾਬਾ ਪਿੱਪਲ ਦਾਸ ਜੀ ਨੇ ਐਸਾ ਕਰਮ ਕਮਾਇਆ ਹੈ ਬਾਬਾ ਪਿੱਪਲ ਦਾਸ ਜੀ ਨੇ ਐਸਾ ਕਰਮ ਕਮਾਇਆ ਹੈ ਬਾਬਾ ਪਿੱਪਲ ਦਾਸ ਜੀ ਨੇ ਦੁਖੀਆਂ ਤੇ ਦਰਦੀਆਂ ਨੂੰ ਤੁਸਾਂ ਗੱਲ ਨਾਲ ਲਾਇਆ ਹੈ ਦੁਖੀਆਂ ਤੇ ਦਰਦੀਆਂ ਨੂੰ ਬਾਬਾ ਪਿੱਪਲ ਦਾਸ ਜੀ ਨੇ ਐਸਾ ਕਰਮ ਕਮਾਇਆ ਹੈ ਰਵਿਦਾਸ ਦੀਆਂ ਰਹਿਮਤਾਂ ਤੇ ਪਾਣੀਆਂ ਦੌਰੀ ਵਾਲਾ ਅੰਮ੍ਰਿਤ ਪੀ ਜੀ ਸੰਗੀਤੇ ਦੌਰੀ ਵਾਲਾ ਅੰਮ੍ਰਿਤ ਪੀ ਗੁਰੂ ਰਵਿਦਾਸ
ਗੋਰੀ ਵਾਲਾ ਅੰਮ੍ਰਿਤ ਗੁਰੂ ਰਵਿਦਾਸ ਦੀਆਂ ਰਹਿਮਤਾਂ ਜੇ ਪਾਉਣੀਆਂ ਸੰਗੀਤ ਹੈ ਦੌਲੀ ਵਾਲਾ ਅੰਮ੍ਰਿਤ ਜੀ ਸੰਗੀਤ ਹੈ।